ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਮੈਂ ਹਾਂ ਤਰਨਜੀਤ ਕੌਰ ਅਤੇ ਅਜੀਤ ਖਬਰਾਂ 'ਤੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ 'ਤੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਪੰਜਾਬ ਵਿੱਚ ਹਨ ਸੁਰੱਖਿਆ ਦੇ ਸਖ਼ਤ ਪ੍ਰਬੰਧ, ਦੁਬਾਰਾ ਨਹੀਂ ਹੋਣ ਦਿੱਤਾ ਜਾਵੇਗਾ ਪਠਾਨਕੋਟ ਵਰਗਾ ਹਮਲਾ। ਮਨਪ੍ਰੀਤ ਨੇ ਮੁੱਖ ਮੰਤਰੀ ਬਾਦਲ 'ਤੇ ਲਾਏ ਗੰਭੀਰ ਇਲਜ਼ਾਮ, ਕਾਂਗਰਸ ਦਾ ਮੈਨੀਫੈਸਟੋ ਸਤੰਬਰ ਅਕਤੂਬਰ ਮਹੀਨੇ ਤੱਕ ਲਿਆਉਣ ਦੀ ਕਹੀ ਗੱਲ। ਪੰਜਾਬ ਦੇ ਟਰੱਕਾਂ ਨੇ ਲਾਈਆਂ ਸਰਕਾਰੀ ਕੰਮਾਂ ਨੂੰ ਬ੍ਰੇਕਾਂ, 450 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ਦਾ ਮਾਮਲਾ। ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ ਮਹਾਰਾਜਾ ਰਣਜੀਤ ਸਿੰਘ ਦੀ 177ਵੀਂ ਬਰਸੀ। ਤੇ ਕੈਲਗਰੀ ਵਿੱਚ ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ਦੇ ਪੰਜਾਬੀ ਮਾਲਕ ਨੂੰ ਮਾਰੀ ਗੋਲੀ, ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਹਮਲਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਰਾਜਾਸਾਂਸੀ ਵਿਧਾਨ ਸਭਾ ਖੇਤਰ ਦੇ ਕਈ ਪਿੰਡਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪੁੱਜੇ। ਸੰਗਤ ਦਰਸ਼ਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣ ਦੇ ਦੌਰਾਨ ਜੋ ਵੀ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕੀਤਾ ਗਿਆ ਏ। ਇਸ ਮੌਕੇ ਉੱਤੇ ਮੁੱਖ ਮੰਤਰੀ ਨੇ ਪਠਾਨਕੋਟ ਦੇ ਏਅਰਬੇਸ ਉੱਤੇ ਫਿਰ ਤੋਂ ਅੱਤਵਾਦੀ ਹਮਲੇ ਦੇ ਸ਼ੱਕ ਉੱਤੇ ਕਿਹਾ ਕਿ ਪੰਜਾਬ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ ਅਤੇ ਪਠਾਨਕੋਟ ਜੇ ਅੱਤਵਾਦੀ ਹਮਲੇ ਨੂੰ ਦੁਬਾਰਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਠਾਨਕੋਟ ਹਮਲੇ ਦੇ ਬਾਅਦ ਤੋਂ ਹੀ ਹੁਣ ਸੀਮਾ ਉੱਤੇ ਸੈਕਿੰਡ ਡਿਫੈਂਸ ਲਾਈਨ ਤਿਆਰ ਕੀਤੀ ਗਈ ਏ। ਇੰਨਾ ਹੀ ਨਹੀਂ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜੰਮੂ ਕਸ਼ਮੀਰ ਦੀ ਤਰਜ਼ ਉੱਤੇ ਪਠਾਨਕੋਟ ਵਿੱਚ ਵੀ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਨੂੰ ਵਧਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ ਏ। ਅਰਵਿੰਦ ਕੇਜਰੀਵਾਲ ਦੇ 3 ਜੁਲਾਈ ਨੂੰ ਅੰਮ੍ਰਿਤਸਰ ਤੋਂ ਯੂਥ ਮੈਨੀਫੈਸਟੋ ਜਾਰੀ ਕੀਤੇ ਜਾਣ ਦੇ ਬਾਰੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨਾਲ ਉਹੀ ਵਾਅਦੇ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਉਹ ਪੂਰਾ ਕਰ ਸਕੇ। ਉੱਥੇ ਹੀ ਉਨ੍ਹਾਂ 1.25 ਲੱਖ ਨੌਕਰੀਆਂ ਹੁਣ ਤੱਕ ਜਾਰੀ ਨਹੀਂ ਕੀਤੇ ਜਾਣ ਦੇ ਸੁਨੀਲ ਜਾਖੜ ਦੇ ਬਿਆਨ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਭਰਤੀਆਂ ਕੀਤੀਆਂ ਜਾਣਗੀਆਂ। ਔਰ ਮੈਂ ਸਮਝਦਾ ਕਿ ਜੋ ਕੁਝ ਪੰਜਾਬ ਨੇ ਕੀਤਾ ਹੈ ਸ਼ਾਇਦ ਹੀ ਕੋਈ ਹੋਰ ਕਰ ਸਕੇ। ਹਰ ਗੱਲ 'ਚੋਂ ਜਿਹੜੀ ਲੋਕਾਂ ਦੀ ਲੋੜ ਹੈ, ਬਿਜਲੀ ਜਿਵੇਂ ਬੜੀ ਵੱਡੀ ਹੈ ਇਹ ਪੂਰੀ ਹੋ ਗਈ, ਵਾਟਰ ਸਪਲਾਈ ਦਾ ਵੀ ਕਰ ਰਹੇ ਹਾਂ, ਮਤਲਬ ਹੁਣ ਹਰ ਚੀਜ਼ ਜਿਹੜੀ ਹੈ, ਜਿਹੜੀਆਂ ਸੜਕਾਂ 4 ਲੇਨਿੰਗ 6 ਲੇਨਿੰਗ ਇਹੋ ਜਿਹੀਆਂ ਹੋਰ ਕਿਸੇ ਸੂਬੇ 'ਚ ਨਹੀਂ, ਮੇਰਾ ਮਤਲਬ ਹਰ ਪੁਆਇੰਟ 'ਤੇ। ਔਰ ਐਜੂਕੇਸ਼ਨ 'ਚ ਰਿਕਾਰਡ ਹੈ ਕਿ ਅਸੀਂ 14ਵੇਂ ਨੰਬਰ 'ਤੇ, 3ਜੇ ਨੰਬਰ 'ਤੇ ਆ ਗਏ ਹਾਂ। ਯੂਨੀਵਰਸਿਟੀਆਂ ਬੜੀਆਂ ਖੋਲ੍ਹੀਆਂ ਹੈ, ਕਾਲਜ ਬੜੇ ਖੋਲ੍ਹੇ ਹੈ। ਔਰ ਸੰਗਤ ਦਰਸ਼ਨ 'ਚ ਛੋਟੀ ਮੋਟੀ ਵੀ ਤਕਲੀਫ ਜਿਹੜੀ ਲੋਕਾਂ ਦੀ ਹੁੰਦੀ ਹੈ ਉਹ ਸੁਣ ਕੇ ਪੂਰੀ ਕਰੀ। ਮੈਂ ਹਫ਼ਤੇ 4 ਦਿਨ ਸੰਗਤ ਕਰਦਾ, ਸੰਗਤ ਦਰਸ਼ਨ ਕੋਸ਼ਿਸ਼ ਕਰਦਾ, ਅਤੇ ਔਰ ਇਹਦੇ ਤੱਕ ਕੋਈ ਇੰਡੀਵਿਜੁਅਲ ਵੀ ਤਕਲੀਫਾਂ ਹੁੰਦੀਆਂ, ਕਿਹੜੀ ਹੁੰਦੀ ਉਹ ਵੀ ਪੂਰੀਆਂ। ਅਲਰਟ ਕੀਤਾ ਗਿਆ, ਹੁਣ ਕਿਹਾ ਜਾ ਰਿਹਾ ਕੁਛ ਨਹੀਂ ਕਰ, ਕੋਈ ਕਰ ਕਾਕਾ। ਮੈਂ ਹੋਮ ਮਿਨਿਸਟਰ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਪੰਜਾਬ ਦਾ ਜਿਹੜਾ ਬਾਰਡਰ ਹੈ, ਜਿਸ ਤਰ੍ਹਾਂ ਜੰਮੂ ਦਾ ਬਾਰਡਰ ਹੈ, 3 ਤਰ੍ਹਾਂ ਦੇ ਬਾਰਡਰ ਹੈ। ਇੱਕ ਥਾਂ ਤੋਂ ਜਿੱਥੇ ਫੌਜ ਕਸ਼ਮੀਰ ਤੋਂ ਫੌਜ ਕਰਦੀ ਹੈ, ਜੰਮੂ ਏਰੀਏ 'ਚ ਜਿੰਨੀ ਸਟਰੈਂਥ ਹੈ ਉਹ ਵੀ ਮੈਂ ਹੋਮ ਮਿਨਿਸਟਰ ਸਾਹਿਬ ਨੂੰ ਆਖਿਆ ਹੈ ਕਿ ਉਨੀ ਸਟਰੈਂਥ ਪੰਜਾਬ ਬਾਰਡਰ 'ਤੇ ਰੱਖੇਗਾ। ਕੇਜਰੀਵਾਲ ਆ ਰਿਹਾ, ਕੋਈ ਆਵੇ ਕਿਤੇ ਰੁਕਾਵਟ ਤੁਸੀਂ ਜਾਂਦੇ ਰਹੋ। ਹਰ ਪਾਰਟੀ ਦਾ ਕੰਮ ਹੁੰਦਾ ਹੈ ਕਿਤੇ ਉਹ ਜਾਣ ਕਿਤੇ ਆਉਣ ਕੁਛ ਕਰਨ, ਇਹ ਤਾਂ ਪਾਰਟੀਆਂ ਦਾ ਕੰਮ ਹੈ। ਪਾਰਟੀ ਦਾ ਫਿਊਚਰ ਹੈਗਾ ਪੰਜਾਬ 'ਚ, ਕੋਈ ਫਿਊਚਰ। ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿੱਚ ਹੋਏ ਨੌਕਰੀ ਘੁਟਾਲੇ ਦੇ ਮੁੱਦੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਤੇ ਵੱਡਾ ਸ਼ਬਦੀ ਹਮਲਾ ਕੀਤਾ ਏ। ਉਨ੍ਹਾਂ ਆਖਿਆ ਕਿ ਇਸ ਘੁਟਾਲੇ ਦੀਆਂ ਜੜ੍ਹਾਂ ਮੁੱਖ ਮੰਤਰੀ ਦੇ ਘਰ ਤੋਂ ਸ਼ੁਰੂ ਹੁੰਦੀਆਂ ਹਨ। ਕਾਂਗਰਸ ਦੇ ਚੋਣ ਮੈਨੀਫੈਸਟੋ ਦੀ ਗੱਲ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਮੌਜੂਦਾ ਸਰਕਾਰ ਵੱਲੋਂ ਬਿਮਾਰ ਕੀਤੀ ਗਈ ਸੂਬੇ ਦੀ ਅਰਥ ਵਿਵਸਥਾ ਦਾ ਇਲਜ਼ਾਮ ਕਾਂਗਰਸ ਦਾ ਮੈਨੀਫੈਸਟੋ ਕਰੇਗਾ। ਮਨਪ੍ਰੀਤ ਬਾਦਲ ਨੇ ਆਖਿਆ ਕਿ ਕਾਂਗਰਸ ਦਾ ਮੈਨੀਫੈਸਟੋ ਸਤੰਬਰ ਅਕਤੂਬਰ ਮਹੀਨੇ ਤੱਕ ਤਿਆਰ ਕਰ ਲਿਆ ਜਾਵੇਗਾ ਜਿਸ ਵਿੱਚ ਹਰ ਵਰਗ ਦੀ ਗੱਲ ਹੋਵੇਗੀ। ਉਨ੍ਹਾਂ ਆਖਿਆ ਕਿ ਮੌਜੂਦਾ ਸਰਕਾਰ ਤੋਂ ਹਰ ਵਰਗ ਦੁਖੀ ਏ ਤੇ ਸਰਕਾਰ ਧਾਰਮਿਕ ਗ੍ਰੰਥਾਂ ਦੀ ਸੁਰੱਖਿਆ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਏ। ਇਸ ਮੌਕੇ ਮੌਜੂਦਾ ਕਾਂਗਰਸੀ ਸੀਨੀਅਰ ਆਗੂ ਰਜਿੰਦਰ ਕੌਰ ਭੱਠਲ ਨੇ ਮੌਜੂਦਾ ਸਰਕਾਰ ਨੂੰ ਘੁਟਾਲਿਆਂ, ਗੈਂਗਸਟਰਾਂ, ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਵਾਲੀ ਸਰਕਾਰ ਦੱਸਿਆ। ਉਨ੍ਹਾਂ ਆਖਿਆ ਕਿ ਕਾਂਗਰਸ ਦੀ ਸਰਕਾਰ ਆਉਣ ਉੱਤੇ ਇਨ੍ਹਾਂ ਸਾਰਿਆਂ ਮਾਮਲਿਆਂ ਦੀ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਪਠਾਨਕੋਟ ਏਅਰਫੋਰਸ ਉੱਤੇ ਅੱਤਵਾਦੀ ਹਮਲੇ ਦੇ ਅਲਰਟ ਸਬੰਧੀ ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਅਸਲੀ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਟਕਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਦਾ ਡਰਾਮਾ ਏ। ਮੈਂ ਤੁਹਾਨੂੰ ਦੱਸਿਆ ਕਿ ਇਸ ਦੇਖ ਕੇ ਇਲੈਕਸ਼ਨਾਂ ਨੇੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੈਗੇ ਨੇ, ਲੇਕਿਨ ਇਹ ਉੱਤੇ ਵੀ ਬੀਜੇਪੀ ਦੀ ਸਰਕਾਰ ਇੱਥੇ ਵੀ ਹੈਗੀ ਹੈ, ਦੇ ਆਰ ਰਿਸਪੋਂਸੀਬਲ। ਬੋਥ ਸਾਈਡਸ ਜਿਹੜੀਆਂ ਹੈਗੀਆਂ ਸਰਕਾਰਾਂ ਇਹਨਾਂ ਦੀਆਂ ਹੈਗੀਆਂ ਕਿ ਸਿਆਸੀ ਡਰਾਮੇ ਕੀ ਕਰਦੇ ਆ, ਕੀ ਕੁਛ ਕਰਾ ਸਕਦੇ ਆ,
ਆਪਣੇ ਕੋਲੋਂ ਕੀ ਕਰਾ ਸਕਦੇ ਆ, ਲੋਕਾਂ ਨੂੰ ਅਲਰਟ ਕਰ ਦਿੰਦੇ ਆਪ ਕਰਾ ਦਿੰਦੇ ਆ, ਲੇਕਿਨ ਅਸੀਂ ਪੂਰੀ ਤਰ੍ਹਾਂ ਨਾਲ ਕਾਂਗਰਸ ਪਾਰਟੀ ਮੈਦਾਨੇ ਜੰਗ ਆ ਗਈ ਹੈ, ਅਸੀਂ ਹਰ ਤਰੀਕੇ ਦੇ ਉੱਤੇ ਨਜ਼ਰ ਰੱਖਾਂਗੇ ਪੂਰੀ ਤਰ੍ਹਾਂ ਨਾਲ, ਪੰਜਾਬ ਨੂੰ ਹੋਰ ਬਰਬਾਦ ਨਹੀਂ ਕਰਦੇ। ਡਰਾਮੇਬਾਜ਼ੀ ਕਰਦੇ ਫਿਰਦੇ ਆ, ਕਦੇ ਬੈਨਾਂ ਲਾਂਚ ਕਰਦੇ, ਆਈਆਂ ਕਿੱਥੋਂ ਨੇ? ਪਹਿਲਾਂ ਨੀਲੇ ਕਾਲੇ ਕਾਰਡਾਂ ਦੀ ਗੱਲ ਸੀ ਜਿਹੜੀ ਹੈਗੀ ਹੈ, ਉਹ ਕਿੱਥੋਂ ਆਏ ਹੋਏ ਸੀਗੇ? ਆਟਾ ਦਾਲ ਸਕੀਮ ਕਿੱਥੋਂ ਆਈ ਵੀ ਸੀ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਾਂਗਰਸ ਦੇ ਸਮੇਂ 'ਚ ਬਹੁਤ ਸਾਰੀਆਂ ਸ਼ੁਰੂ ਹੋਈਆਂ, ਉਹਨਾਂ 'ਤੇ ਆਪਣੇ ਲੈਵਲ ਲਾਉਂਦੇ, ਅੱਜ ਵੀ ਲੈਵਲ ਲਾਉਂਦੇ, ਇਹਨਾਂ 'ਤੇ ਕੋਈ ਅਸਰ ਨਹੀਂ, ਲੋਕਾਂ 'ਤੇ ਵਿਸ਼ਵਾਸ ਨਹੀਂ। ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਹੋਜ਼ਰੀ, ਗਾਰਮੈਂਟ ਇੰਡਸਟਰੀ ਵਗੈਰਾ ਵਗੈਰਾ, 4-5 ਐਸੋਸੀਏਸ਼ਨ ਦੀ ਅੱਜ ਇੱਕ ਮੀਟਿੰਗ ਮੁਨੱਕਦ ਕੀ ਗਈ, ਜਿਸ ਵਿੱਚ ਗਾਰਮੈਂਟ ਇੰਡਸਟਰੀ, ਹੋਜ਼ਰੀ ਇੰਡਸਟਰੀ ਕੀ ਖੁਆਇਸ਼ਾਤ ਹੈ, ਉਹਨਾਂ ਦੇ ਮਸਲੇ ਕੀ ਹੈ ਔਰ ਉਹਨਾਂ ਮਸਲਿਆਂ ਦੀ ਦਾਰੂ ਕੀ ਹੈ, ਤਾਂ ਕਿ ਜਿਹੜਾ ਕਾਂਗਰਸ ਪਾਰਟੀ ਮੈਨੀਫੈਸਟੋ ਤਿਆਰ ਕਰ ਰਹੀ ਹੈ, ਕਾਂਗਰਸ ਪਾਰਟੀ ਹੈ, ਡਾਕਟਰ ਮਨਮੋਹਨ ਸਿੰਘ, ਸੈਮ ਪਿਟਰੋਡਾ ਔਰ ਵਗੈਰਾ ਵਗੈਰਾ ਜਿਹੜੇ ਮਾਹਿਰ ਹੈ, ਔਰ ਇੱਕ ਇਸ ਕਿਸਮ ਦਾ ਮੈਨੀਫੈਸਟੋ ਤਿਆਰ ਕਰਨਾ ਹੈ ਜਿਹੜਾ ਕਿ ਇੰਪਲੀਮੈਂਟੇਬਲ ਹੋਵੇ। ਇੱਕ ਤਾਂ ਹੁੰਦਾ ਨਾ ਕਿ ਤੁਸੀਂ ਉਹ ਝੂਠ ਦਾ ਪੁਲੰਦਾ ਬਣਾ ਦਿਓ, ਔਰ ਮੈਂ ਸਮਝਦਾ ਕਿ ਜੇ ਡਾਕਟਰ ਮਨਮੋਹਨ ਸਿੰਘ, ਸੈਮ ਪਿਟਰੋਡਾ ਵਰਗੇ ਲੋਕ ਸਿਰ ਨਾ ਸਿਰ ਜੋੜ ਕੇ ਬੈਠਣਗੇ ਤਾਂ ਪੰਜਾਬ ਲਈ ਕੋਈ ਨਾ ਕੋਈ ਰਸਤਾ ਜ਼ਰੂਰ ਨਿਕਲੇ। ਕਾਂਗਰਸ ਪਾਰਟੀ ਦਾ ਮੈਨੀਫੈਸਟੋ ਸ਼ਾਇਦ ਅਕਤੂਬਰ ਜਾਂ ਸਪਟੈਂਬਰ ਦੇ ਮਹੀਨੇ 'ਚ ਨਸ਼ਰ ਹੋਏਗਾ। ਪੰਜਾਬ ਟਰੱਕ ਯੂਨੀਅਨ ਨੇ ਸੂਬਾ ਸਰਕਾਰ ਦੇ ਕੰਮਾਂ ਦਾ ਅੱਜ ਤੋਂ ਪੂਰਨ ਬਾਈਕਾਟ ਕਰ ਦਿੱਤਾ ਏ। ਟਰੱਕ ਆਪਰੇਟਰ 450 ਕਰੋੜ ਰੁਪਏ ਦਾ ਬਕਾਇਆ ਨਾ ਦਿੱਤੇ ਜਾਣ ਕਾਰਨ ਪੰਜਾਬ ਸਰਕਾਰ ਤੋਂ ਨਾਰਾਜ਼ ਹਨ। ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਨੇ ਦੱਸਿਆ ਕਿ ਸਰਕਾਰ ਨੂੰ 28 ਜੂਨ ਤੱਕ 450 ਕਰੋੜ ਰੁਪਏ ਦੀ ਅਦਾਇਗੀ ਕਰਨ ਦਾ ਸਮਾਂ ਦਿੱਤਾ ਗਿਆ ਸੀ, ਪਰ ਸਰਕਾਰ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਅੱਜ ਤੋਂ ਸਰਕਾਰੀ ਕੰਮਾਂ ਦਾ ਬਾਈਕਾਟ ਕਰਨਾ ਪੈ ਰਿਹਾ ਏ। ਉਨ੍ਹਾਂ ਆਖਿਆ ਕਿ ਅੱਜ ਤੋਂ ਬਾਅਦ ਕੋਈ ਵੀ ਸਰਕਾਰੀ ਲੋਡ ਨਹੀਂ ਚੁੱਕਿਆ ਜਾਵੇਗਾ। ਟਰੱਕ ਆਪਰੇਟਰਾਂ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਜਦੋਂ ਡੀਜ਼ਲ ਦੇ ਰੇਟ ਘੱਟ ਸਨ ਤਾਂ ਸਰਕਾਰ ਨੇ ਉਨ੍ਹਾਂ ਉੱਤੇ ਐਕਸਾਈਜ਼ ਡਿਊਟੀ ਲਾਈ ਸੀ, ਪਰ ਹੁਣ ਡੀਜ਼ਲ ਦੇ ਰੇਟ 2 ਸਾਲ ਵਿੱਚ ਵੱਧ ਜਾਣ ਦੇ ਬਾਵਜੂਦ ਸਰਕਾਰ ਨੇ ਐਕਸਾਈਜ਼ ਡਿਊਟੀ ਨਹੀਂ ਹਟਾਈ। ਹੈਪੀ ਸੰਧੂ ਨੇ ਦੱਸਿਆ ਕਿ 450 ਕਰੋੜ ਤੋਂ ਇਲਾਵਾ 25 ਤੋਂ 30 ਕਰੋੜ ਰੁਪਏ ਆਟਾ ਦਾਲ ਸਕੀਮ ਦੀ ਢੋਆ ਢੁਆਈ ਦਾ ਵੀ ਬਕਾਇਆ ਏ। ਟਰੱਕ ਆਪਰੇਟਰ ਕਈ ਵਾਰ ਇਸ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਤੇ ਸਰਕਾਰ ਦੇ ਹੋਰ ਮੰਤਰੀਆਂ ਨੂੰ ਮਿਲ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਜਿਹੜੀ ਸਾਡਾ ਕਣਕ ਦੀ ਢੋਆ ਢਵਾਈ ਦਾ ਅਨਾਜ ਦੀ ਢੋਆ ਢਵਾਈ ਦਾ ਤਕਰੀਬਨ 450 ਕਰੋੜ ਰੁਪਏ ਸਰਕਾਰ ਦੇ ਕੋਲੋਂ ਜਿਹੜਾ ਲੈਣਾ ਹੈ ਪੈਂਡਿੰਗ 'ਤੇ ਆਇਆ, ਉਹਦੇ ਵਾਸਤੇ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਨੇ ਜਿਹੜਾ ਕਿ ਸਰਕਾਰੀ ਢੋਆ ਢਵਾਈ ਦਾ ਕੰਮ ਹੈ, ਸਪੈਸ਼ਲ ਜਿਵੇਂ ਵਿੱਚ ਚਾਵਲ, ਕਣਕ ਦੀ ਢੋਆ ਢਵਾਈ ਮੁਕੰਮਲ ਬੰਦ ਕੀਤੀ ਹੋਈ ਆ। ਜਦੋਂ ਤੱਕ ਸਰਕਾਰ ਸਾਡੇ ਪੈਸੇ ਨਹੀਂ ਦੇਵੇਗੀ ਉਦੋਂ ਤੱਕ ਮੁਕੰਮਲ ਬਾਈਕਾਟ ਰੱਖਿਆ ਜਾਵੇਗਾ, ਔਰ 1 ਤਰੀਕ ਤੋਂ ਬਾਅਦ ਅਸੀਂ ਜਿਹੜਾ ਸਰਕਾਰ ਦਾ ਆਟਾ ਦਾ ਸਕੀਮ ਦੇ ਵਿੱਚ ਜਿਹੜਾ ਜਾਂਦਾ ਸਮਾਨ ਢੋਂਦੇ ਸਰਕਾਰੀ ਕੋਈ ਵੀ ਢੋਆ ਢਵਾਈ ਬੰਦ ਕੀਤੀ ਜਾਵੇਗੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 177ਵੀਂ ਬਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਦੌਰਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਹਾਜ਼ਰ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮੇਂ SGPC ਦੇ ਸਕੱਤਰ ਦਲਜੀਤ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਜਿੱਥੇ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਕਰਵਾਈ ਤੇ ਬਹੁਤ ਸਾਰੀ ਜਾਇਦਾਦ ਉਨ੍ਹਾਂ ਦੇ ਨਾਮ ਲਗਵਾਈ, ਉੱਥੇ ਮੰਦਿਰ ਅਤੇ ਮਸੀਤਾਂ ਨੂੰ ਵੀ ਖੁੱਲ੍ਹ ਕੇ ਦਾਨ ਦਿੱਤਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹਰ ਧਰਮ ਨਾਲ ਸੰਬੰਧਿਤ ਜਰਨੈਲ ਸ਼ਾਮਿਲ ਸਨ, ਭਾਵੇਂ ਉਨ੍ਹਾਂ ਦੇ ਰਾਜ ਨੂੰ ਖਾਲਸਾਈ ਰਾਜ ਕਿਹਾ ਜਾਂਦਾ ਏ, ਪਰ ਉਹ ਇੱਕ ਧਰਮ ਨਿਰਪੱਖ ਰਾਜਾ ਸਨ। ਉਨ੍ਹਾਂ ਕਿਹਾ ਕਿ ਜਿੱਥੇ ਉਹ ਇੱਕ ਇਨਸਾਫ਼ ਪਸੰਦ ਰਾਜਾ ਸਨ, ਉੱਥੇ ਉਹ ਗੁਰੂ ਘਰ ਦੇ ਵੀ ਅਟੁੱਟ ਸ਼ਰਧਾਲੂ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਯਾਦ ਨੂੰ ਸਮਰਪਿਤ ਪਰਸੋਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਕੀਤੇ ਗਏ, ਜਿਨ੍ਹਾਂ ਦਾ ਅੱਜ ਭੋਗ ਪਾਇਆ ਗਿਆ ਹੈ। ਉਪਰੰਤ ਗੁਰੂ ਮਹਾਰਾਜ ਦਾ ਗੁਰਬਾਣੀ ਦਾ ਮਨੋਹਰ ਕੀਰਤਨ ਹੋਇਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਹੁਣਾਂ ਨੇ ਕੀਰਤਨ ਕੀਤਾ, ਜਿਹੜਾ ਸੰਗਤਾਂ ਨੇ ਸਰਵਣ ਕਰਕੇ ਬਹੁਤ ਜ਼ਿਆਦਾ ਨਿਹਾਲ ਹੋਈਆਂ ਨੇ।
कैलगरी के टैंपल खेत्र विच ग्लोबल लीकर स्टोर के मालिक रजिंदर विरक नू लुटेरिया ने गोली मार के गंभीर जख्मी कर दिता है, पर उस वालों किए गए मुकाबले उपरंत लुटेरे भजन लई मजबूर हो गए। विरक की बांह विच गोली वजी है, उसकी हालत खतरे तो बाहर दसी जाती है। प्राप्त जानकारी अनुसार जदों विरक तकरीबन अद्धी रात वेले स्टोर बंद करने वाला सी, तो दो व्यक्ति स्टोर विच आए और उन्होंने लुट की वारदात को अंजाम देने लई स्टोर मालक उत्ते हमला किया। इस दौरान रजिंदर विरक ने स्टोर विच पए हुए बैट नाल दोवां लुटेरियां दा बहादुरी ਨਾਲ ਮੁਕਾਬਲਾ ਕੀਤਾ। ਜਦ ਲੁਟੇਰੇ ਭੱਜਣ ਲੱਗੇ ਤਾਂ ਉਹ ਬਾਹਰ ਜਾਣ ਵਾਲੇ ਦੋ ਦਰਵਾਜ਼ਿਆਂ ਦੇ ਵਿਚਾਲੇ ਫਸ ਗਏ, ਜਿਨ੍ਹਾਂ ਨੂੰ ਕਿ ਵਿਰਕ ਨੇ ਬੰਦ ਕਰ ਦਿੱਤਾ ਸੀ। ਇਸ ਦੌਰਾਨ ਇੱਕ ਲੁਟੇਰੇ ਨੇ ਗੋਲੀ ਚਲਾ ਦਿੱਤੀ ਜੋ ਵਿਰਕ ਦੀ ਬਾਂਹ ਵਿੱਚ ਲੱਗੀ। ਲੁਟੇਰਿਆਂ ਨੇ ਦਰਵਾਜ਼ਾ ਖੋਲ੍ਹਣ ਲਈ ਤਿੰਨ ਹੋਰ ਗੋਲੀਆਂ ਚਲਾਈਆਂ ਅਤੇ ਦਰਵਾਜ਼ਾ ਤੋੜ ਕੇ ਫਰਾਰ ਹੋ ਗਏ। ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੱਕੀ ਲੁਟੇਰੇ ਕਾਲੇ ਸਨ ਅਤੇ ਉਨ੍ਹਾਂ ਦੀ ਉਮਰ 25 ਸਾਲ ਦੇ ਲਗਭਗ ਸੀ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। एसजीपीसी के सकत्तर दलजीत सिंह बेदी ने बठिंडा जिले के पिंड भगता भाईका विखे किसी शरारती अंसर वालों श्री सुखमनी साहब जी की पावन गुरबाणी के गुटका साहब की बेअदबी करने से अफसोस करदियां सख्त शब्दों में निंदा की है। उन्होंने कहा कि सरब सांझे श्री गुरु ग्रंथ साहब जी की बेअदबी दिनों दिन वध रही है ते सरकारां ते पुलिस प्रशासन कुंभकर्णी नींद सुता पिया है। उन्होंने कहा कि इस तो पहला कुरानी पाक की भी बेअदबी हो चुकी है ते हुण किसी वालों शर्मनाक हरकत करदियां पावन गुरबाणी के गुटका साहब ते भारत देश के प्रधानमंत्री श्री नरेंद्र मोदी ते आरएसएस जिंदाबाद लिखा गया है ते होर भी भद्दी शब्दावली वरती है। एसजीपीसी दे सकत्तर ने लोकां नूं अपील करदिया कहा कि कुछ शरारती तत् पंजाब दी अमन शांति नूं खराब करना चाहुंदे हन, इसलिए सानूं इन्हां तों बचण दी लोड़ है। उन्हां सरकार अगे बेनती करदिया कहा कि इस तरह दीआं कोझियां हरकतां करन वालिआं खिलाफ सरकार नूं सख्त तों सख्त कार्रवाई करनी चाहीदी है। कुछ सिरे तों ही मतलब गिरे होए लोक जिहड़े पंजाब दी शांति नूं भंग करना चाहुंदे ने, ਜਾਂ ਸਿੱਖ ਭਾਈਚਾਰੇ ਨੂੰ ਕਿ ਪੰਜਾਬ ਵਿੱਚ ਵੱਸਦੇ ਭਾਈਚਾਰਕ ਸਾਂਝ ਨੂੰ ਤਾਰ ਪੀਟੋ ਕਰਨਾ ਚਾਹੁੰਦੇ ਨੇ, ਉਹ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਕਰ ਰਹੇ ਨੇ। ਬੜੀ ਦੁਖਦਾਈ ਔਰ ਨਿੰਦਣਯੋਗ ਇਹ ਘਟਨਾ ਆ, ਔਰ ਇੱਥੋਂ ਖਾਸ ਕਰਕੇ ਮਤਲਬ ਉੱਥੋਂ ਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਸ ਪਾਸੇ ਵੱਲੋਂ ਚੇਚਾ ਧਿਆਨ ਦੇਣਾ ਚਾਹੀਦਾ ਹੈ। ਔਰ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਹਿਰਦੇ ਵੇਦਕ ਨੇ, ਅਤੇ ਜੇ ਇਹ ਨਾ ਰੁਕੀਆਂ ਤਾਂ ਇਹਦੇ ਨਾਲ ਭਾਈਚਾਰਕ ਸਾਂਝ ਨੂੰ ਬੜਾ ਵੱਡਾ ਖਤਰਾ ਹੈ। ਅਸੀਂ ਪ੍ਰਸ਼ਾਸਨ ਨੂੰ ਵਾਰ ਵਾਰ ਬੇਨਤੀ ਕਰਦੇ ਆ ਰਹੇ ਹਾਂ, ਹੁਣ ਵੀ ਬੇਨਤੀ ਕਰਦੇ ਹਾਂ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਹ ਪਹਿਲਕਦਮੀ ਕਰੇ। ਪੰਜਾਬ ਵਿੱਚ ਸਭ ਤੋਂ ਸ਼ਾਂਤ ਮੰਨੇ ਜਾਣ ਵਾਲੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਬਦਮਾਸ਼ਾਂ ਵੱਲੋਂ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪਿਛਲੇ 2 ਮਹੀਨਿਆਂ ਵਿੱਚ ਹੋਈ ਤੀਜੀ ਵਾਰਦਾਤ ਵਿੱਚ 2 ਅਣਜਾਣ ਬਾਈਕ ਸਵਾਰਾਂ ਵੱਲੋਂ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਮੁੱਢਲੇ ਇਲਾਜ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਘਟਨਾ ਵਿੱਚ ਜ਼ਖਮੀ ਹੋਏ ਵਿਅਕਤੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਫਾਜ਼ਿਲਕਾ ਬੱਸ ਸਟੈਂਡ ਦੇ ਨਜ਼ਦੀਕ ਇੱਕ ਹੋਟਲ ਵਿੱਚ ਬੈਠਾ ਸੀ, ਜਿੱਥੇ 2 ਬਾਈਕ ਸਵਾਰ ਉਸਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਕਤਰਾਉਂਦੀ ਨਜ਼ਰ ਆਈ। ਦੱਸ ਦੇਈਏ ਕਿ ਫਾਜ਼ਿਲਕਾ ਵਿੱਚ ਇਸ ਤੋਂ ਪਹਿਲਾਂ ਹੋਈਆਂ ਵਾਰਦਾਤਾਂ ਵਿੱਚ ਪਹਿਲਾ ਗੈਂਗਸਟਰ ਜਸਵਿੰਦਰ ਸਿੰਘ ਰੋਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦਕਿ ਦੂਜੀ ਘਟਨਾ ਵਿੱਚ ਇੱਕ ਦਵਾਈ ਵਿਕਰੇਤਾ ਤੋਂ ਗੋਲੀ ਮਾਰ ਕੇ 4 ਲੱਖ ਰੁਪਏ ਲੁੱਟ ਲਏ ਗਏ ਸਨ। ਦੋ ਜਣੇ ਆਏ, ਉਹਨਾਂ ਨੇ ਫਾਇਰ ਮਾਰਿਆ, ਮੈਨੂੰ ਤਾਂ ਕੁਝ ਵਿਕਿਆ ਹੀ ਨਹੀਂ ਉਸ ਤੋਂ ਮਗਰੋਂ। ਫਿਰ ਮੈਨੂੰ ਸਾਹਿਲ ਲੈ ਕੇ ਆਇਆ ਇੱਥੇ ਹੋਟਲ ਵਾਲਾ, ਉਹਨੇ ਦਾਖਲ ਕੀਤਾ। ਕਿਸੇ ਦੇ ਤੈਨੂੰ ਸ਼ੱਕ ਹੈਗਾ? ਨਹੀਂ ਨਹੀਂ, ਮੈਨੂੰ ਕਿਸੇ ਮੈਨੂੰ ਪਤਾ ਹੀ ਨਹੀਂ ਕਿੰਨੇ, ਮਤਲਬ ਮੈਂ ਨਹੀਂ ਕਿਸੇ ਨੂੰ ਦੇਖਿਆ। ਰਾਜਪੁਰਾ ਲੰਘੀ ਦੇਰ ਰਾਤ ਡੇਰਾ ਬੱਸੀ ਤੋਂ ਮੁਕਤਸਰ ਸਾਹਿਬ ਜਾ ਰਿਹਾ ਇੱਕ ਸੀਮਿੰਟ ਦੇ ਖੰਭਿਆਂ ਨਾਲ ਲੱਦਿਆ ਹੋਇਆ ਇੱਕ ਟਰਾਲਾ ਰਾਜਪੁਰਾ ਪਟਿਆਲਾ ਸੜਕ ਤੇ ਭਾਖੜਾ ਦੀ ਨਿਰਵਾਣਾ ਬ੍ਰਾਂਚ ਨਹਿਰ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਟਰਾਲਾ ਚਾਲਕ ਤਾਂ ਬਚ ਗਿਆ, ਪਰ ਉਸਦਾ ਕਲੀਨਰ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ। ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਟਰੱਕ ਕਲੀਨਰ ਦੇ ਚੀਖਾਂ ਦੀ ਆਵਾਜ਼ ਸੁਣਨ ਤੋਂ ਬਾਅਦ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਨੇਰੇ ਕਾਰਨ ਉਸਨੂੰ ਬਚਾ ਨਾ ਸਕੇ, ਜਿਸ 'ਤੇ DSP ਘਨੌਰ ਪ੍ਰਿਤਪਾਲ ਸਿੰਘ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਟਰਾਲੇ ਨੂੰ ਬਾਹਰ ਕੱਢਣ ਤੋਂ ਬਾਅਦ ਲਾਪਤਾ ਟਰੱਕ ਕੰਡਕਟਰ ਦੀ ਨਹਿਰ ਵਿੱਚੋਂ ਭਾਲ ਸ਼ੁਰੂ ਕਰਵਾ ਦਿੱਤੀ ਏ। ਹੈਗਾ ਜੀ, ਅੱਧੀ ਕਰਾਤ ਦੀ ਗੱਲ ਹੈ, ਜਦੋਂ ਮਤਲਬ ਥਾਣੇ ਪਤਾ ਲੱਗਿਆ ਵੀ ਇੱਥੇ ਟਰਾਲਾ ਰਾਤ ਨੂੰ ਗਿਰ ਗਿਆ। ਇਹ ਆਪਣਾ ਜੀਰਕਪੁਰ ਸਾਈਡ ਤੋਂ ਆ ਰਿਹਾ ਸੀ, ਇਹ 'ਚ ਕੋਈ ਬਿਜਲੀ ਵਾਲੇ ਖੰਭੇ ਲੱਦੇ ਹੋਏ ਸੀ। ਟਰਾਲਾ ਵੱਡਾ ਅਤੇ ਬੇਕਾਬੂ ਹੋ ਕੇ ਮਤਲਬ ਜਿਹੜਾ ਹੈ ਇੱਥੇ ਨਾਲ ਹੀ ਪੁਲ ਦੇ ਨਾਲ ਹੀ ਡਿੱਗ ਗਿਆ ਰਾਤ।
ਅਤੇ ਉਹ 'ਚ ਫਿਰ ਅਮਿਤ ਕੁਮਾਰ ਸੀ ਇਹਦਾ ਡਰਾਈਵਰ, ਉਹ ਤਾਂ ਕੱਢ ਲਿਆ ਸੀ, ਨਿਕਲ ਗਿਆ ਸੀ, ਅਤੇ ਨਰੇਸ਼ ਕੁਮਾਰ ਇਹਦਾ ਕੰਡਕਟਰ ਹੈ, ਉਹਦਾ ਅਜੇ ਟਰੱਕ ਟਰਾਲਾ ਕੱਢੇ ਤੋਂ ਪਤਾ ਲੱਗੂਗਾ ਵੀ ਵਿੱਚ ਆਈ ਹੈ, ਮਤਲਬ ਡੈੱਡ ਬੋਡੀ ਇੱਧਰ ਉੱਧਰ ਹੋ ਗਈ। ਉਹ ਇਹਨਾਂ ਨੇ ਮੁਕਤਸਰ ਸਾਈਡ ਜਾਣਾ ਸੀ ਜੀ ਕਿਤੇ, ਉਹ ਹਾਂਜੀ ਹਾਂ ਉਹ ਕਰੇ ਹਾਂਜੀ ਹਾਂ ਉਹ ਮਾਲਕ ਗਏ ਹੋਣੇ ਕਰੇਨ ਵਗੈਰਾ ਲੈਣ, ਜਦੋਂ ਆਉਂਦੀ ਹੈ ਅਸੀਂ ਆਪਣਾ ਇਹਨੂੰ ਕਢਾ ਕੇ ਬਾਹਰ ਕਰ ਲਵਾਂਗੇ ਜੀ। ਗੁਰੂ ਨਗਰੀ ਅੰਮ੍ਰਿਤਸਰ ਵਿੱਚ ਰੰਗ ਕਰਮੀਆਂ ਲਈ ਬਣਾਇਆ ਗਿਆ ਥੀਏਟਰ ਪੰਜਾਬ ਨਾਟਸ਼ਾਲਾ ਹੁਣ ਦੇਸ਼ ਦਾ ਪਹਿਲਾ ਸੂਰਜੀ ਊਰਜਾ ਨਾਲ ਚੱਲਣ ਵਾਲਾ ਥੀਏਟਰ ਬਣ ਗਿਆ ਹੈ। ਇਹ ਉਪਰਾਲਾ ਪੰਜਾਬ ਨਾਟਸ਼ਾਲਾ ਨੂੰ ਸਥਾਪਿਤ ਕਰਨ ਵਾਲੇ ਇੰਜੀਨੀਅਰ ਜਤਿੰਦਰ ਸਿੰਘ ਬਰਾੜ ਨੇ ਕੀਤਾ ਹੈ। ਬਰਾੜ ਮੁਤਾਬਕ ਹੁਣ ਇੱਥੇ ਕੀਤੇ ਜਾਣ ਵਾਲੇ ਨਾਟਕਾਂ ਲਈ ਲਾਈਟਾਂ ਅਤੇ ਹੋਰ ਬਿਜਲੀ ਤੇ ਹੋਣ ਵਾਲੇ ਖਰਚੇ 75% ਤੱਕ ਘੱਟ ਜਾਣਗੇ। ਬਰਾੜ ਨੇ ਦੱਸਿਆ ਕਿ ਪਹਿਲਾ 1.5 ਘੰਟਾ ਚੱਲਣ ਵਾਲੇ ਹਰ ਸ਼ੋਅ ਵਿੱਚ 200 ਯੂਨਿਟ ਬਿਜਲੀ ਖਰਚ ਹੁੰਦੀ ਸੀ। ਇਸਦਾ ਖਰਚਾ 5,000 ਦੇ ਕਰੀਬ ਆਉਂਦਾ ਸੀ। ਹੁਣ ਸੋਲਰ ਸਿਸਟਮ ਲੱਗਣ ਤੋਂ ਬਾਅਦ ਬਿਜਲੀ ਸਿਰਫ 50 ਯੂਨਿਟ ਖਰਚ ਹੁੰਦੀ ਏ। ਇਸਦਾ ਖਰਚਾ ਸਿਰਫ 400 ਰੁਪਏ ਦੇ ਕਰੀਬ ਹੀ ਆਉਂਦਾ ਏ। ਇਸ ਸਿਸਟਮ ਦੇ ਲੱਗਣ ਨਾਲ ਹਵਾ ਤੇ ਆਵਾਜ਼ ਪ੍ਰਦੂਸ਼ਣ ਤੋਂ ਵੀ ਛੁਟਕਾਰਾ ਮਿਲ ਰਿਹਾ ਏ। ਨਾਟਕ ਦੇਖਣ ਲਈ ਆਉਣ ਵਾਲਿਆਂ ਨੂੰ ਸ਼ਾਂਤਮਈ ਮਾਹੌਲ ਦਿੱਤਾ ਜਾਵੇ, ਇਸੇ ਲਈ ਬਰਾੜ ਵੱਲੋਂ ਇਸ ਨਾਟਕਸ਼ਾਲਾ ਨੂੰ ਸੂਰਜੀ ਊਰਜਾ ਨਾਲ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ। 29 ਅਤੇ 30 ਜੂਨ ਦੀ 2 ਦਿਨਾਂ ਦੀ ਬਿਜਲੀ ਕਰਮਚਾਰੀਆਂ ਦੀ ਹੜਤਾਲ ਨੂੰ ਲੈ ਕੇ ਪੂਰੇ ਹਰਿਆਣਾ ਦੀ ਤਰ੍ਹਾਂ ਯਮੁਨਾ ਨਗਰ ਵਿੱਚ ਵੀ ਬਿਜਲੀ ਕਰਮਚਾਰੀਆਂ ਅਤੇ ਹੋਰ ਸੰਗਠਨਾਂ ਨੇ ਮਿਲ ਕੇ ਮਸ਼ਾਲ ਜਲੂਸ ਕੱਢਿਆ। ਇਸ ਦੌਰਾਨ ਕਰਮਚਾਰੀਆਂ ਨੇ ਜੰਮ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ। ਹਰਿਆਣਾ ਕਰਮਚਾਰੀ ਮਹਾਂਸੰਘ ਅਤੇ ਸਰਵ ਕਰਮਚਾਰੀ ਸੰਘ ਨੇ ਵੀ ਬਿਜਲੀ ਕਰਮੀਆਂ ਦੇ ਇਸ ਅੰਦੋਲਨ ਨੂੰ ਸਮਰਥਨ ਦਿੱਤਾ ਅਤੇ ਮਸ਼ਾਲ ਜਲੂਸ ਵਿੱਚ ਸ਼ਾਮਲ ਹੋਏ। ਬਿਜਲੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸ਼ਰਮਾ ਨੇ ਸਰਕਾਰ ਦੁਆਰਾ ਪ੍ਰਦੇਸ਼ ਵਿੱਚ ਏਸਮਾ ਲਗਾਏ ਜਾਣ ਉੱਤੇ ਕਿਹਾ ਕਿ ਇਸ ਤੋਂ ਪਹਿਲਾਂ ਦੂਜੀਆਂ ਸਰਕਾਰਾਂ ਨੇ ਵੀ ਏਸਮਾ ਲਾਗੂ ਕੀਤਾ ਸੀ, ਪਰ ਸਰਕਾਰ ਇਸ ਦੇ ਜ਼ਰੀਏ ਕਰਮਚਾਰੀਆਂ ਦਾ ਦਮਨ ਨਹੀਂ ਕਰ ਸਕਦੀ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ 45 ਦਿਨ ਪਹਿਲਾਂ ਹੜਤਾਲ ਦਾ ਅਲਟੀਮੇਟਮ ਦੇ ਦਿੱਤਾ ਸੀ। ਜੇਕਰ ਸਰਕਾਰ ਨੇ ਏਸਮਾ ਲਗਾਉਣਾ ਸੀ ਤਾਂ ਉਹ ਉਸ ਸਮੇਂ ਲਗਾਉਂਦੀ, ਹੁਣ 2 ਦਿਨ ਪਹਿਲਾਂ ਲਗਾ ਕੇ ਉਹ ਕਰਮਚਾਰੀ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਏ। ਉਨ੍ਹਾਂ ਨੇ ਕਿਹਾ ਕਿ ਉਹ ਲੋਕ ਹਰ ਹਾਲ ਵਿੱਚ 29-30 ਦੀ ਹੜਤਾਲ ਵਿੱਚ ਭਾਗ ਲੈਣਗੇ ਅਤੇ ਪੂਰੀ ਤਰ੍ਹਾਂ ਨਾਲ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਹੜਤਾਲ ਕਰਨਗੇ। आज की जो मशाल यात्रा है इसके अंदर हरियाणा कर्मचारी महासंघ और सर्व कर्मचारी संघ, जो हरियाणा के 2 सबसे बड़े संगठन है, उन्होंने बिजली बोर्ड की जो ज्वाइंट एक्शन कमेटी बनी है उसके सहयोग के लिए, उसके समर्थन में आज पूरे हरियाणा के अंदर मशाल जुलूस का आज जो प्रोग्राम दिया है, आज ये उस प्रोग्राम के तहत प्रदर्शन किया जा रहा है ताकि सरकार को ये बात उसके जहन में जाए कि हरियाणा का कर्मचारी, चाहे वो बिजली बोर्ड का कर्मचारी है, रोडवेज, पब्लिक हेल्थ, PWD या एजुकेशन या BNR, ANM, जो भी आज हरियाणा का कर्मचारी है वो बिजली बोर्ड के आंदोलन में उनका सहयोग करेगा और ये सीधा सीधा सरकार को आर पार की लड़ाई आने वाले समय में कर्मचारी इस सरकार के खिलाफ लड़ेगा। और सरकार कहती है कि भाई आज हम रोजगार देंगे, जब आपके पास सरकारी विभाग नहीं बचेंगे तो आप रोजगार कहाँ से देंगे? सरकार जी कम से कम इस प्रदेश की जनता को बताएं कि आप रोजगार कहाँ से देंगे। ਇਸ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।